ਅਸਸਲਾਮੁਅਲੈਕੁਮ ਜੀ ਨਾਮ ਉਧਰ ਦੇ ਨਾਮਾਦ ਦੇ ਸਿਲਸਿਲੇ ਦੇ ਵਿੱਚ ਅਸੀਂ ਆ ਤੁਹਾਨੂੰ ਆਹੀ ਦਸਤ ਸੇ ਸ਼ੁਰੂ ਕੀਤਾ ਇਹਦੇ ਜੀ ਅਸੀਂ ਵੀਡੀਓ ਉਹ ਬਣਾਉਣੀ ਹੈ ਜਿਹੜੇ ਲੋਕਾਂ ਨੇ ਨਾ ਆਮ ਸਾਡੇ ਮਾਸ਼ੇ ਚ ਇੱਕ ਚੱਲ ਰਿਹਾ ਕੰਮ ਮਾਸ਼ੇ ਦੇਖਦੇ ਨੇ ਅਸੀਂ ਪਿੰਡਾਂ ਥਾਵਾਂ 'ਚ ਰਹਿੰਦੇ ਆ ਤੇ ਉਥੇ ਦੇਖਦੇ ਆ ਵੀ ਇਹ ਨਿਜ਼ਾਮ ਕੀ ਜਾ ਰਿਹਾ ਅਸਲ ਕੀ ਆ ਲੋਕੀ ਨਕਲ ਵਾਲ ਜਾ ਰਹੇ ਆ ਉਹ ਬੜਾ ਟ੍ਰੈਂਡ ਚੱਲ ਰਿਹਾ ਕਿ ਮੁੰਡੇ ਵੀ ਤੇ ਕੁੜੀਆਂ ਵੀ ਲਾਲੀ ਕਰਨ ਲਈ ਲਾਲ ਗ੍ਰੀਮ ਲਾਉਂਦੀਆਂ ਕੈਮੀਕਲ ਹੁੰਦਾ ਚੰਦ ਦਿਨ ਦਾ ਲਾਲੀ ਰਹਿੰਦੀ ਆ ਉਸ ਬਾਅਦ ਕਾਲਾ ਰੰਗ ਨਿਕਲਦਾ ਹੁੰਦਾ ਕਿਉਂਕਿ ਕੈਮੀਕਲ ਹੁੰਦੇ ਆ ਉਹ ਜਿਲ ਸੜ ਦਿੰਦੇ ਆ ਫੇ ਉਹ ਸੜਨ ਲਈ ਸਹੀ ਕਰਦੇ ਫੇ ਕਰੀਮ ਲਾਉਂਦੇ ਆ ਪਹਿਲੇ ਲਾਲ ਕਰਨ ਲਈ ਉਸ ਬਾਅਦ ਮੁੜ ਕੇ ਜੋ ਜਿਲ ਖਰਾਬ ਹੋ ਜਾਂਦੀ ਆ ਜਿਲ ਸੜ ਜਾਂਦੀ ਆ ਤੇ ਉਸ ਬਾਅਦ ਉਹਨੂੰ ਸਹੀ ਕਰਨ ਲਈ ਫੇ ਕਰੀਮ ਲਾਉਂਦੇ ਆ ਕਰੀਮਾਂ ਵਾਲਿਆਂ ਦੇ ਮੌਜਾਂ ਲਗੀਆਂ ਪਈਆਂ ਮੈਂ ਸੋਚਿਆ ਕਿ ਇਹਨਾਂ ਨੂੰ ਐਸੀ ਚੀਜ਼ ਦੱਸਦੇ ਆ ਕਿ ਇਹਨਾਂ ਨੂੰ ਕੁਝ ਨਾ ਲਾਣ ਪਵੇ ਸਿਰਫ ਖਾਣ ਨਾਲ ਹੀ ਇਹਨੇ ਸੇਤ ਸਹੀ ਹੋ ਜਵੇ ਚਿਹਰੇ ਤੇ ਲਾਲੀ ਵੀ ਆ ਜਵੇ ਬਿਲਕੁਲ ਮੇਰੇ ਕੋ ਖਤਮ ਹੋ ਜਵੇ ਸਿੱਧਮੰਦ ਹੋ ਜਾਣ ਲਿਆਦਾ ਇਹ ਅੱਲਾ ਨੇ ਇੱਕ ਖਾਸ ਚੀਜ਼ਾ ਬਣਾਈ ਆ ਸਾਡੇ ਲਈ ਇਹ ਸਾਡਾ ਚਿਹਰਾ ਬਿਲਕੁਲ ਸਾਫ਼ ਕਰ ਦਿੰਨੀ ਆ ਮੇਦਾ ਸਹੀ ਕਰ ਦਿੰਨੀ ਆ ਚਿਹਰੇ ਦੀ ਲਾਲੀ ਲਈ ਤੇਜ਼ ਬਾਦ ਹਰ ਬੰਦਾ ਇਸਤੇਮਾਲ ਕਰਦਾ ਲੇਨ ਪਤਾ ਨਹੀਂ ਸੀ ਕਿਵੇਂ ਮਿਲਾ ਕੇ ਕਰਨਾ ਜਿੱਥੇ ਜਿੱਥੇ ਨਮਕੀਨ ਚਾਵਲ ਪੱਕਦੇ ਆ ਨਾ ਦੇਗ ਜੇ ਜਾਂ ਘਰ ਪੱਕਦੇ ਆ ਤੇਜ਼ ਬਾਦ ਲਾਜ਼ਮੀ ਪੈਂਦਾ ਦਾਲਚੀਨੀ ਵੀ ਪੈਂਦੀ ਆ ਜਲਬਤਰੀ ਵੀ ਪੈਂਦੀ ਆ ਸਾਹਮਣੇ ਦੀ ਗੱਲਾਂ ਸਾਰਿਆਂ ਦੀਆਂ ਲੇਕਿਨ ਇਲਮ ਇਲਮ ਹੁੰਦਾ ਪਤਾ ਨਹੀਂ ਕਿਸ ਨੂੰ ਇਹ ਅਗਰ ਇਕੱਠੇ ਬਣਾ ਲਤੇ ਜਾਣ ਇਹਨਾਂ ਦਾ ਵਜ਼ਨ ਕਿੰਨਾ ਹੋਵੇ ਤੇ ਕੀ ਕੰਮ ਕਰਦੇ ਨੇ ਚਿਹਰੇ ਦੀ ਲਾਲੀ ਲਈ ਤਰੋਤਾਜ਼ਗੀ ਲਈ ਸ਼ੁਗੁਫਤਗੀ ਲਈ ਜਜ਼ਬੀਅਤ ਲਈ ਜਿਹੜਾ ਜਜ਼ਬ ਨਜ਼ਰ ਆਏਗਾ ਵਿਹਾਂ ਬੰਦੇ ਜੀ ਬੰਦਾ ਖੜਾ ਹੋਏਗਾ ਪਤਾ ਲੱਗੇ ਬਈ ਯਾਰ ਇਹਨੇ ਕੁਝ ਖਾਦਿਆ ਮਾਂ ਪੇ ਨੇ ਪਾਲਿਆ ਇਹਨੂੰ ਕੱਚੇ ਦੁੱਧ ਪਲਾ ਕੇ ਇਹ ਨੁਸਖਾ ਤੁਹਾਨੂੰ ਮੈਂ ਦੱਸਣ ਲੱਗਿਆ ਜਦੋਂ ਮਰਜ਼ੀ ਕੱਢ ਕੇ ਦੇਖ ਲਿਓ ਤੇਜ਼ ਬਾਦ ਲੈਣੇ ਆਂ ਅਸੀਂ 60 ਗ੍ਰਾਮ ਦਾਜਨੀ 60 ਗ੍ਰਾਮ ਜਲਬਤਰੀ ਲੈਣੀ ਆ ਅਸੀਂ 30 ਗ੍ਰਾਮ ਇਹ ਕੁੱਟ ਕੇ ਰੋਵੀ ਪਰ ਲੋਇ ਹਰ ਖਾਣੇ ਤੋਂ ਬਾਅਦ ਅੱਧੀ ਚਮਚੀ ਸਵੇਰ ਦੁਪਹਿਰ ਸ਼ਾਮ ਖਾ ਲੋ ਇਸ ਲਈ ਦੁੱਧ ਜ਼ਰੂਰੀ ਹੈ ਗੱਲ ਯਾਦ ਰੱਖਣੀ ਹੈ ਇਹ ਪਾਣੀ ਨਾਲ ਨਹੀਂ ਖਾਣਾ ਦੁੱਧ ਦੇ ਲਈ ਇੰਤਾਈ ਜ਼ਰੂਰੀ ਹੈ ਇਹ ਦੁੱਧ ਨਾਲ ਖਾਣਾ ਆ ਦੁੱਧ ਸਿਰ ਇੱਕ ਕੱਪ ਹੋਵੇ ਪਿੰਡਾਂ ਖਾ ਦਾ ਵਾਫਰ ਲੱਭਦਾ ਦੁੱਧ ਵਿਚੇ ਲੱਭ ਜੇ ਬੱਕਰੀ ਦਾ ਲੱਭ ਜੇ ਗਾਇ ਦਾ ਲੱਭ ਜੇ ਤੇ ਵਾਫਰ ਲੱਭਦਾ ਜੇ ਲੋਕ ਸ਼ਹਿਰਾਂ 'ਚ ਹੈਗੇ ਨਾ ਅਗਰ ਦੁੱਧ ਖਾਲਸ ਲੱਭਦਾ ਆ ਮੇਸ਼ੇ ਥੋੜਾ ਲੱਭਦਾ ਇਹ ਕੱਪ ਇਸਮਾਨ ਘਾਲੋਵੇ ਲੇਕਿਨ ਪਾਣੀ ਨਾਲ ਇਸਮਾਨ ਨਹੀਂ ਕਰਨੀ ਅਗਰ ਦੁੱਧ ਵੀ ਨਹੀਂ ਲੱਭਦਾ ਦਹੀਂ ਲੱਭਦਾ ਹੈਗਾ ਦਹੀਂ ਆਪਣਾ ਪਿਆਲਾ ਜਿੰਨਾ ਖਾਣਾ ਲੈ ਕੇ ਨਾ ਉਹ ਜੀਰਾ ਪਾ ਕੇ ਖਾਣਾ ਚੀਨੀ ਨਹੀਂ ਪਾਣੀ ਜੀਰਾ ਪਾ ਲੈਣਾ ਥੋੜੀ ਜੀ ਕਾਲੀ ਮਿਰਚ ਪਾ ਲੈਣੀ ਆ ਜੇ ਨਮਕ ਤੋਂ ਥੋੜੀ ਤੇ ਉਹ ਦਹੀਂ ਨਾਲ ਇਹ ਦਵਾਈ ਖਾ ਸਕਦੇ ਆ ਲੱਸੀ ਬਣਾ ਕੇ ਖਾ ਸਕਦੇ ਆ ਲੇਕਿਨ ਪਾਣੀ ਨਾਲ ਬਿਲਕੁਲ ਨਹੀਂ ਖਾਣੀ ਇਨਸ਼ਾਅੱਲਾ ਕੰਨ ਦਿਨਾਂ ਤੋਂ ਬਾਅਦ ਤੁਹਾਡਾ ਚਿਹਰਾ ਬਿਲਕੁਲ ਲਾਲ ਹੋ ਜਾਏਗਾ ਰੰਗ ਕਿਹਸਾ ਵੀ ਹੈਗਾ ਗਰੰ ਕਾਲਾ ਵੀ ਹੈਗਾ ਨਾ ਲੇਨੋ ਜੋ ਲਾਲੀ ਟੱਪੇਗੀ ਜਿਹੜਾ ਉਹਨੂੰ ਕਹਿੰਦੇ ਨੇ ਬਲੈਕ ਬਿਊਟੀ ਬਲੈਕ ਬਿਊਟੀ ਨਾਲ ਸਭ ਹੋ ਜਾਏਗਾ ਇਹ ਰੰਗ ਬਿਲਕੁਲ ਸਾਫ ਹੋਏਗਾ ਇਨਕੇ ਗੰਧਮੀ ਰੰਗ ਹੈਗਾ ਗੋਰਾ ਨਹੀਂ ਹੈਗਾ ਉਹ ਜੀ ਲਾਲੀ ਆ ਜਾਏਗੀ ਜਾਜ਼ਬੀਅਤ ਵੱਜ ਜਾਏਗੀ ਦੇਖਣ ਵਾਲਾ ਉਹਦੇ ਨਾਲ ਮਾਇਲ ਹੋਏਗਾ ਉਹ ਪੁੱਛੇਗਾ ਵੀ ਯਾਰ ਤੂੰ ਕੀ ਖਾਂਦਾ ਪਹਿਲੇ ਤੂੰ ਇਸ ਤਰ੍ਹਾਂ ਸੀ ਹੁਣ ਇਸ ਤਰ੍ਹਾਂ ਹੋ ਗਿਆ ਬਿਲਕੁਲ ਕਰੀਮ ਲਾਉਣ ਦੀ ਲੋੜ ਕੋਈ ਨਹੀਂ ਅਸੀਂ ਅੰਦਰੋਂ ਸਹੀ ਹੈਗੇ ਹਾਂ ਨਾ ਉਹ ਅੰਦਰਾ ਜੋ ਹੈਗਾ ਨਾ ਜਿਹੜਾ ਸਾਡਾ ਅੰਨ ਹੁੰਦਾ ਉਹੀ ਸਾਡਾ ਤਨ ਹੁੰਦਾ ਜਿਹੜਾ ਸਾਡਾ ਤਨ ਸਾਡਾ ਮਨ ਹੋਏਗਾ ਉਹੀ ਤਨ ਹੋਏਗਾ ਜੋ ਅੰਨ ਖਾਵਾਂਗੇ ਨਾ ਅਸੀਂ ਉਹ ਸਾਡਾ ਤਨ ਬਣ ਜਾਏਗਾ ਤਨ ਤੇ ਮਰਾ ਸਾਡਾ ਇਹ ਵਿਜੂਦ ਆ ਹੁਣ ਸਾਡੇ ਮਨ ਅਸੀਂ ਕੀ ਆਪਣੇ ਮਨ ਨਾਲ ਕੀ ਖਾਂਦੇ ਆ ਵੀ ਚਾਹਤ ਨਾਲ ਚਾਹਤ ਨਾਲ ਖਾਂਦੇ ਪੀਜ਼ਾ ਸ਼ਵਾਰਮ ਬਰਗਮ ਬਰਗਮ ਆ కెਮਿਕਲ ਵਾਲੇ ਜੂਸ ਤੇ ਤਨ ਸਾਡਾ ਕੀ ਬਣਨਾ ਸਰ ਇਹ ਜਿਹਦਾ ਅੱਲਾਹ ਜੀ ਬਣਾਇਆ ਚੀਜ਼ ਹੀ ਕੋਈ ਨਹੀਂ ਕੈਮੀਕਲ ਮਲਾਈ ਟੇਸਟ ਬਣ ਗਿਆ ਅਮਰੂਦਾ ਬਣ ਗਿਆ ਮੰਗੋ ਦਾ ਬਣ ਗਿਆ ਐਪਲ ਦਾ ਬਣ ਗਿਆ ਆਪਲ ਦਾ ਬਣ ਗਿਆ ਲੇਕਿਨ ਅੱਲਾ ਨੇ ਸਾਡੇ ਕੋ ਬਣਾਏ ਆ ਉਸੇ ਬਿਲਕੁਲ ਇਸਮਾਲ ਨਹੀਂ ਕਰ ਰਹੇ ਉਹਦੇ ਮਗਰ ਲੱਗੇ ਆ ਲਿਆਦਾ ਇਹ ਤੁਸੀਂ ਇਸਮਾਲ ਕਰੋ ਚੰਦ ਦਿਨਾਂ ਤੋਂ ਬਾਅਦ ਜਿਆਦਾ 20 25 ਦਿਨ ਲੱਗਦੇ ਆ ਉਸ ਤੋਂ ਬਾਅਦ ਆਪਣੀ ਰੰਗਣ ਦੇਖ ਲਿਓ ਫਿਰ ਥੋੜਾ ਥੋੜਾ ਇਸਮਾਲ ਕਰਦੇ ਰਹੋ ਸਾਰਾ ਟੱਬਰ ਇਸਮਾਲ ਕਰ ਸਕਦਾ ਇਹਨੂੰ ਤੇ ਮੈਂ ਉਮੀਦ ਕਰਦਾ ਕਿ ਮੇਰੀਆਂ ਨਾਲ ਗੱਲਾਂ ਤੋਂ ਸਵਾਦ ਕਰੋਗੇ ਮੇਰੀ ਸਿੱਧੀ ਸਿੱਧੀਆਂ ਗੱਲਾਂ ਪੰਜਾਬੀ ਦੇ ਵਿੱਚ ਸਾਨੂੰ ਸਮਝ ਆਉਂਦੀਆਂ ਬਗੈਰ ਲਾਲਚ ਤੋਂ ਤੇ ਇੱਕ ਸਾਨੂੰ ਜੁਰਰਾ ਥੋੜਾ ਥੋੜਾ ਜਿਹਾ ਸਾਡਾ ਚੈਨਲ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਤਾਂ ਕਿ ਇਹ ਸਾਡਾ ਸਦਕਾ ਜਾਰੀ ਰਹੇ ਅਸੀਂ ਨਾ ਬੜੇ ਜੋਸ਼ੋਖ ਨਾਲ ਅਗਲੀ ਵੀਡੀਓ ਬਣਾ ਕੇ ਤੁਹਾਨੂੰ ਦਈਏ ਉਹ ਤੁਸੀਂ ਇਸ ਵਾਧਾ ਕਰੋ ਅਗਲੀ ਵੀਡੀਓ ਤੱਕ ਮੈਂ ਯਾਦ ਰਹਿਣਾ ਅਸਲਾਮੁਅਲੈਕੁਮ